اج جناب میں دو پروجیکٹس بارے تسانے نال کرسا. اتھا جولی کے جس جگہ میں جائی کے تو پروجیکٹ بنانا چاہنا ہوں اور اس ہائٹ اتنی ہائی ہے ایک قسم نہ ہو تو چڑھانے برابر ہی کیسا نام ہے کری کے اسلام علیکم جی امید کرنا سا سارے والو سو فان زفر تسا تک رہو کشمیر ٹی وی جناب والا جس طرح کے تسا سردیاں نے بھی تکیا سی سارا پروجیکٹ جناب کیو ہاؤس ان منگلہ ڈیم تے اون اج ایک نئے پروجیکٹ نے انشاءاللہ اللہ نے فضل و کرم نے نال آغاز کرسا اور اپنے ویورز نے نال جناب والا ساری گل شیئر کرسا کہ اج جڑا جا پروجیکٹ نا آغاز ہونے لگا اللہ نے کرم نال ایک کیڑا پروجیکٹ ہو سی کیڑی جگہ ہو سی تے ساری ڈسکشن ہے نا جڑی ਅੱਗਾ ਜੁਲੀ ਕਰਸਾਂ ਜਿਸ ਜਗਾ ਜਨਾਬ ਵਾਲਾ ਪ੍ਰੋਜੈਕਟ ਬਣਾਇਆ ਜਾਸੀ ਉਹ ਜਗਾ ਵੀ ਤੁਸੀਂ ਦੱਸਿਆ ਜਾਸੀ ਔਰ ਇਸ ਨੇ ਵਿੱਚ ਤੁਸੀਂ ਸਭਾਂ ਤਕਣੇ ਲਈ ਆਨੀ ਜਨਾਬ ਵਾਲਾ ਮਕੀਨਾ رائے ਚਾਹੀਨੀ ਹੈ ਕਮੈਂਟਸ ਜ਼ਰੂਰ ਮੀਕੀ ਦਸਣਾ ਕਿ ਕਿਹੜਾ ਪ੍ਰੋਜੈਕਟ ਜਿਹੜਾ ਤੁਸੀਂ ਪਹਿਲੇ ਤੱਕਾਂ ਪਸੰਦ ਕਰ ਸੋ ਗਿਆ ਜੁਲਿਆਂ ਗਲ ਕਰਨੇ ਆ ਇਸ ਤੋਂ ਪਹਿਲੇ ਤੁਸੀਂ ਕੀ ਪਤਾ ਉਸੀ ਕਿ ਮੈਂ ਪ੍ਰੋਜੈਕਟ ਜਿਹੜਾ ਬਣਾਇਆ ਸੀ ਮੰਗਲਾ ਡੈਮ ਨੇ ਅੰਦਰ ਜਿੱਥੇ ਸਾਡੇ ਪੁਰਾਣੇ ਕਾਰੋਂ 1960 ਨੇ ਵਿੱਚ ਮਿੱਟੀ ਨਾਲ ਘਰ ਬਣਾਇਆ ਸੀ ਜਿੱਥਾ ਆਖਰੀ ਵਾਰੀ ਮਤਲਬ ਕਿ 1960 62 ਜਿਲ੍ਹਾ ਸਾੜੇ ਕਾਰ ਉਥੋਂ ਪੱਟਣ ਹੋਏ ਨੇ ਪ੍ਰਾਣੇ ਠੀਕ ਹੈ ਤੇ ਉੱਥਾ ਮੈਂ ਉਹਨਾਂ ਆਪਣੇ ਬਜ਼ੁਰਗਾਂ ਦੀ ਯਾਦ ਹੀ ਚ ਹੈ ਯਾ ਕਿ ਉਸ ਜ਼ਿੰਦਗੀ ਦੀ ਫੀਲ ਕਰਨ ਵਾਸਤੇ ਤੁਸੇ ਪਤਾ ਹੈ ਕਿ ਮਿੱਟੀ ਨਾਲ ਘਰ ਤਿਆਰ ਕਰੇ ਕਿੰਤਾ ਸੀ ਬੜੀ ਮਿਹਨਤ ਨਾਲ ਲੇਕਿਨ ਮੰਗਲਾ ਡੈਮ ਕਿਆ ਵਾ ਮਾੜੀ ਮਿਹਨਤ ਨੇ ਉੱਪਰ ਪਾਣੀ ਨਹੀਂ ਫਿਰਿਆ ਪੂਰਾ ਡੈਮ ਹੀ ਫੇਰੀ ਗਿਆ ਸੀ ਉਸ ਘਰ ਨੇ ਉੱਪਰ ਫਿਰ ਜਿਲ੍ਹਾ ਕੇਬ ਹਾਊਸ ਬਣਾਈ ਹੈ ਕਾਫੀ ਦੋਸਤਾਂ ਇਹ ਗੱਲ ਆਖੀ ਹੈ ਕਿ ਜਨਾਬ ਤੁਸੀਂ ਪਤਾ ਸੀ ਤੇ ਫਿਰ ਤੁਸੀਂ ਜਾਣੀ ਪੁੱਜੀ ਕਿ ਇਸ ਕੀ ਇਥੇ ਕੀਆ ਬਣਾਇਆ ਹੋਇਆ ਤੇ ਉਸ ਬਣਾਉਣੇ ਦੀ ਬਜਾਏ ਸੀ ਕਿ ਕੇਬ ਹਾਊਸ ਦੀ ਜਿਹੜੀ ਜਗ੍ਹਾ ਸੀ ਨਾ ਮੈਂ ਹਮੇਸ਼ਾ ਕੋਈ ਚੀਜ਼ ਬਣਾਣਾ ਵਾ ਤਾਂ ਉਸ ਜਗ੍ਹਾ ਦੀ ਲੋਕੇਸ਼ਨ ਤੱਕ ਕੀਆ ਬਣਾਣਾ ਵਾ ਤਾਂ ਕਿ ਮੈਂ ਆਪਣੇ ਵਿਊਅਰਸ ਕੀ ਵਿਊ ਵੀ ਦਿਸੀ ਸਕਾਂ ਹੁਣ ਮੈਂ ਐਵੇਂ ਕੁਦਰਤ ਘਾਰ ਖੂਣੀ ਕੇ ਨਾ ਇੱਥੇ ਹੀ ਅਜਿਹਾ ਫਰਜ਼ ਕਰੋ ਇੱਥੇ ਜੰਗਲਾਂ ਦੇ ਵਿੱਚ ਹੀ ਤੇ ਇਸ ਘਾਰੇ ਤੁਸੀਂ ਕੀ ਕਹੇ ਵਿਊ ਲਵ ਸੀ تو اس وجہ تھی بے اور ڈبی گیا گھر لیکن اس نے جڑا ویو سی یا جڑا سکون سی نا یا اتحاد جڑا منظر سی نا وہ اور ہودھر نہیں سی ہو سکنا جتنے مرضی ہے میں بنا گیا بہیں اور ڈوبی گیا نیور مائنڈ لیکن ایٹ لیسٹ جڑی ویڈیو بنتی ہیں وہ تو کمال بنتی ہیں اور کسا نا ماشاءاللہ اچھا ٹائم گزرا تو انہوں ویڈیو کو تکنے والا انجا کیتا اور اسا بھی ماشاء اللہ نال بو اینجا کیتا لہذا اج جناب میں دو پروجیکٹس کے بارے میں نال گل کرسا ਉਥਾ ਜੁਲੀ ਕਿਹ ਚ ਜਗ੍ਹਾ ਮੈਂ ਹੈ ਜਾਈ ਕਿ ਹੈ ਤਾਂ ਪ੍ਰੋਜੈਕਟ ਬਣਾਣਾ ਚਾਹਣਾ ਵਾ ਉਹ ਦੋਏ ਪ੍ਰੋਜੈਕਟ ਐਸੇ ਹੋਣ ਜਿਹੜਾ ਹੀ ਬਣਾ ਸਕਦਾ ਹਾਂ ਆਚੂ ਉਹ ਉਥਾ ਰਹਿ ਸਣ ਠੀਕ ਹੈ ਔਰ ਡੈਮ ਨਹੀਂ ਉਥਾ ਪੁੱਜੀ ਸਕਣ ਲਾ ਔਰ ਜਿਹੜਾ ਵਿਊ ਹੋਸੀ ਨਾ ਉਹ ਤਾਂ ਫਿਰ ਮੈਨਾਂ ਆਖਰੀ ਲੈਵਲ ਨਾਲ ਵਿਊ ਹੋਸੀ ਨਾ ਕਾਫੀ ਦਿਹਾੜਿਆ ਤੂੰ ਸੋਚੀ 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 ਕੇ ਮੈਂ ਕਿ ਐਸੀ ਲੋਕੇਸ਼ਨ ਲੋੜੀ ਜਿੰਦੀ ਹੈ ਇਨਸ਼ਾਅੱਲਾ ਜਿੱਥੇ ਮੈਂ ਆਪਣੇ ਵਿਊਵਰਜ਼ ਕੀ ਨਾ ਬਹੁਤੀ ਪਰਸਕੂਨ ਮੰਜ਼ਰ ਦਸਿਆ ਕਰਸਾ اور یونیک پروجیکٹ جناب والا تو سنوستے آج جڑا نا انہی کا آیا ہے کافی زیادہ نا چڑھائیاں ٹلائیاں چڑھنیاں چڑھنیا پہ سن کیا کہ سفر کافی ہے میں اپنے کروں نکلی چکے ہیں ادھر جنگل اور ساڑھے کول جڑے ہی نا اللہ خیر کی انشاءاللہ شاء اللہ تا اتھا پجا تا پھر او دسنا اس لئے ہر ساڑھ چڑھیاں ہر ساڑھ تتر پرندیانی آواز خوبصورت آواز ارلی مورننگ نا ٹائم ہے جناب ساتھ ہوئے ਕੋ ਕੋ ਕਾ ਲੈਤੀ ਤਰਾ ਕੋਈ شمار ਨਹੀਂ ਥਾ ਮਾਸ਼ਾਅੱਲਾ ਹੁਣ ਮੈਂ ਜੰਗਲਾ ਨੇ ਅੰਦਰ ਜਾਇ ਰਿਆਂ ਜਨਾਬੇ ਵਾਲਾ ਇਥੇ ਜੰਗਲ ਤਾਂ ਖਾਸ ਨਹੀਂ ਆਹੋ ਬੜੇ ਬੂਟੇ ਲੇਕਿਨ ਜੰਗਲ ਹੀ ਆ ਫਿਰ ਵੀ ਸਰੂਟ ਬੂਟੀਆਂ ਆਹ ਕਬੈਕਟ ਬੇਭਾਵ ਹੈ ਹੁਣ ਮੈਂ ਲੰਮਣ ਖਲਾ ਪਿਆ ਉੱਪਰ ਚੜਨ ਲੱਗਿਆ ਤਾਂ ਕਿ ਟਾਪ ਉੱਪਰ ਜਾਈ ਕਿ ਹੈ ਤਾਂ ਅੱਛਾ ਕਿਦਾਂ ਸਿਆ ਜਾਏ ਕਿ ਪ੍ਰੋਜੈਕਟ ਕਿਹੜਾ ਵਾ ਔਰ ਕਿਹੜੀ ਜਗਾ ਉਸੀ ਮੈਂ ਅਕਸਰ ਜਿਹੜਾ ਵਾ ਨਾ ਸ਼ਹਿਰਾਂ ਤੋਂ ਦੂਰ ਰਹਿਣਾ ਵਾ ਉਸ ਤੱਕ ਵੀ ਕਿੰਦਾ ਹੁਸੀ ਔਰ ਬੇਰਾਨੀਆਂ ਦੇ ਵਿੱਚ ਜ਼ਿਆਦਾ ਯਾ ਦੂਰ ਖामोਸ਼ੀ ਵਾਲੀਆਂ ਜਗ੍ਹਾਾਂ 'ਤੇ ਆਪਣੇ ਪ੍ਰੋਜੈਕਟਸ ਬਣਾਣਾ ਯਾ ਅਕਸਰ ਵੀਡੀਓ 'ਤੱਕੀਆਂ ਉਸੜ ਮਾਰੀਆਂ ਕਿ ਮੈਂ ਦੂਰ ਦੂਰ ਸ਼ਹਿਰਾਂ ਤੋਂ ਰਹਿਣਾ ਕਿਆਂ ਕਿ ਮਿੱਠੀ ਨੇਚਰ ਨੇ ਕਰੀਬ ਯਾ ਨੇਚਰ 'ਚ ਰਹਿਣਾ ਨਾ ਮਾੜੀ ਰੂਕੀ ਆ ਸਕੂਨ ਦੇਣਾ ਔਰ ਆਲਮੋਸਟ ਹਰ ਬੰਦੇ ਨਾ ਇਸ ਤਰਹੀ ਹੈ ਕਿ ਉਹ ਨੇਚਰ 'ਚ ਰਹਿਣਾ ਜ਼ਿਆਦਾ ਪਸੰਦ ਕਰਨਾ ਕਿਆਂ ਕਿ ਇਹ ਨੇਚਰ 'ਚ ਅੱਛੀ ਹੈ ਅੱਲਾ ਨੇ ਕੁਦਰਤ ਬੰਦੇ ਕੀ ਨਜ਼ਰ ਅਛਣੀ ਹੈ ਫਿਲਹਾਲ ਮੇਰੀ ਰਾਹ ਕੋਣ ਵੀ ਅੱਲਾ ਬਣ ਲੱਗਿਆ ਜੰਗਲਾਂ ਚ ਪਰ ਪਤਾ ਨਹੀਂ ਕੁਦਰ ਬੜੀ ਆ ਆ ਕੰਡੇ ਕੰਡੇ ਜੰਡਾ ਹੀ ਜੰਡਾ ਤੇ ਅੱਲਾ ਖੈਰ ਕਰ ਇਸ ਲਈ ਗਰਮੀ ਵੀ شدید ਹੋਈ ਕੀ ਆ ਤੇ ਗਰਮੀ ਚ ਇੱਕ ਹੀ ਡਰ ਹੋਣਾ ਮੈਂ ਜਿਆਦਾ ਕੋਈ ਡਰ ਨਹੀਂ ਕਿ ਡੰਗ ਡਾਲ ਹਰ ਜਗ੍ਹਾ ਹੋਣਾ ਜੰਗਲਾਂ ਵਿੱਚ ਕੂਣਾ ਸੱਪ ਇਹ ਤਾਂ ਇਥੇ ਮਾਮੂਲੀ ਜੀ ਗੱਲ ਹੈ ਨਾ ਔਰ ਬੜਾ ਬੜਾ ਤਗੜਾ ਸੱਪ ਸਾਂ ਇਥੇ ਕਈ ਵਾਰ ਤੱਕ ਆਵੇ ਤਾਂ ਬਾਕੀ ਚਲੋ ਅੱਲਾ ਮਾਲਕ ਹੈ جو مرضی ہے ہمارا ایمان ہے کہ اللہ نے مرضی تھو لابا کوئی کام نہیں ہوئی سکنا نہ کوئی ساب پر بڑی تک نہ, نہ کوئی اور چیز ہوئی سکنی ہے انہوں نے صدی راپ رہے ہیں جناب شکر ہے ماشاءاللہ شاء اللہ اپرد میں چڑھی ہیں ہمارے اس لمنہ نے چڑھنیو چڑھنیو بندے نہ کام ہوئی جانا ہمیں لتانا لیکن جلہ ویو تسا تک سونا اور ایتھ ہے پروجیکٹ شروع ہو سیدھا پھر تسا اکسو جی کے بس اس جگہ, جگہ تسا خالی ہوں ویو کی نظر ماری کے نا پھر تا اسی کہ اتو جا میں پروجیکٹ بنا سا اس منظر ہو سی جناب ایک بار نظر مارو ہاں سارے ویو کی نظر مارو اور تاکہ اپنی کتنا سی اسلے کیا صورت حال ہے جناب اس نے اور پھر تسا امیجن کرنا جاؤ کہ جا پروجیکٹ بنسی مشاء اللہ اس کا منظر ہو سی اور مین جگہ ہے نا ਓ ਕਾ ਵੇ ਉੱਠਾ ਜੁਲੀ ਕਾ ਮੈਂ ਤੁਸਾਂ ਕਿ ਦੱਸਣਾ ਵਾ ਰਾਤੀ ਜਨਾਬ ਟਰੱਕ ਨਹੀਂ ਆਏ ਵੈਸੇ ਬਗਲੂ ਸਾਹਿਬ ਜਾਣਾ ਸੀ ਓ ਥੱਲੇ ਹੁਣ ਪੱਡਾਂ ਬਗੂਰ ਸਾਹਿਬ ਦੀਆਂ ਡੈਮਾ ਫਰੋਰ ਮਾੜੀ ਆਏ ਤਾ ਤੁਸਾਂ ਹੱਥੋਂ ਹੀ ਮਾਜਨ ਕਰ ਸਕਦੇ ਹੋ ਕਿ ਮੈਂ ਕਿੰਨੀ ਬਲੰਦੀ ਨੇ ਉੱਪਰ ਇਸਲਾ ਖਲਤੇ ਇੱਕ ਪਹਾੜ ਹੈ ਜੇ ਉੱਪਰ ਬਾਕੀ ਇਥੂ ਡੈਮ ਦਾ ਵਿਊ ਕਰੋ ਮਛੂਏ ਮੱਛੀ ਪੇ ਪੋੜਨ ਲਗੇ ਜਨਾਬ جناب اس لئے جس پوائنٹ اپ میں خلط آنا نے بھی تکنے اور سو یہ بہت ہی ہائٹ نے میں ہیں آوا تو ویو کرو نا اگر مارے بیک گراؤنڈ ہی تکو تو ڈیم کتنا تھلے دو سائڈ اگر تکی ہونا توکو چلو درخت ہیں لیکن اتحت ہی میں ہائٹ نے خلتے آوا اور اتنے اگیں پیچھے صرف جنگل ہے جنگل تو الاوہ جناب والا کچھ دور دور تک جنگل ہے بڑی گیل ہے سر کافی ہے ਪੈਂਡਾ ਪੇਣਾ ਮੈਂ ਕਾਫੀ ਯਾਨੀ ਕਿ ਇਹ ਦੂਰ ਹੈ ਇਹ ਲੋਕੇਸ਼ਨ ਮੈਂ ਸਿਲੈਕਟ ਕੀਤੀ ਹੈ ਦੋ ਪ੍ਰੋਜੈਕਟਸ ਦਾ ਮੈਂ ਜ਼ਿਕਰ ਕਰਸਾ ਆਪਣੇ ਵਿਊਅਰਸ ਨੇ ਨਾਲ ਤੇ ਹੁਣ ਵਿਊਅਰਸ ਦਾ ਸੁਣਾਵਾ ਕਿ ਇਸ ਜਗ੍ਹਾ ਜਨਾਬ ਕਿਹਾ ਕਿ ਇਸ ਜਗ੍ਹਾ ਤੋਂ ਹਰ ਸਾਈਡ ਨਾਲ ਓਪਨ 뷰 ਹੈ ਔਰ ਬਹੁਤ ਹੀ ਹਾਈਟ 'ਤੇ ਉੱਪਰ ਜਗ੍ਹਾ ਹੈ ਇੱਥਾ ਡੈਮ ਕਦੇ ਵੀ ਨਹੀਂ ਪੁੱਜੀ ਸਕਣਾ ਇਨਸ਼ਾਅੱਲਾ ਕਦੇ ਵੀ ਨਹੀਂ ਕਿਉਂਕਿ ਡੈਮ ਤੋਂ ਨਾ ਦੋ ਤਰੇ 400 500 ਫੁੱਟ ਬਲ ਕੇ ਇੱਥੇ ਤੁਸੀਂ ਜਿਆਦਾ ਹੀ ਹਾਈਟ 'ਤੇ ਉੱਪਰ ਜਗ੍ਹਾ ਆਵੇ। ਇੱਥੇ ਦੋ ਪ੍ਰੋਜੈਕਟਸ ਨੂੰ ਗੱਲ ਕਰਸਾ ਹੁਣ ਵਿਊਅਰਸ ਦਾ ਸੈ ਕਿ ਇਹਨਾਂ ਦੋ ਪ੍ਰੋਜੈਕਟਸ 'ਚ ਪਹਿਲੇ ਕਿਹੜਾ ਤੁਸੀਂ ਤੱਕਣਾ ਚਾਹਣੇ ਹੋ? ਇੱਕ ਪ੍ਰੋਜੈਕਟ ਇਹ ਹੈ ਕਿ ਇੱਥੇ ਮੈਂ ਇੱਕ ਬੜਾ ਹੀ ਖੂਬਸੂਰਤ, ਬੜਾ ਪਿਆਰਾ ਇੱਥੇ वुਡ ਹਾਊਸ ਬਣਾਣਾ ਚਾਹਣਾ ਵਾ ਜਨਾਬ ਇਨਸ਼ਾਅੱਲਾ ਔਰ वुਡ ਹਾਊਸ ਤੁਸਾਂ ਕਿਦਸਣਾ ਚਾਹਣਾ ਵਾ ਔਰ ਮਾਸ਼ਾਅੱਲਾ वुਡ ਹਾਊਸ ਜਿਸ ਤਰ੍ਹਾਂ ਅਸੀਂ ਸਾਰਾ ਥੀਮ ਕ੍ਰੀਏਟ ਕੀਤੇ ਆ ਆਪਣੇ ਦਿਮਾਗਿਆ ਚ ਉਹ ਜਿਹੜਾ ਬੰਸੀ ਤੇ ਸਤਕਸ ਉਸ ਦੀ ਖੂਬਸੂਰਤੀ ਕੀ ਆ ਕਿ ਇੱਥੇ ਖਾਲੀ वुਡ ਹਾਊਸ ਦੀ ਖੂਬਸੂਰਤੀ ਨਹੀਂ ਓਨਲੀ ਇੱਥੇ ਇਹ ਜਿਹੜੀ ਲੋਕੇਸ਼ਨ ਹੈ ਨਾ ਮਤਲਬ ਜਿਹੜਾ ਇਥੂ ਵਿਊ ਹੈ ਨਾ ਓਪਨ ਵਿਊ ਔਰ ਇਸਨੀ ਹਾਈਟ ਇਤਨੀ ਹੈ ਹਾਈ ਹੈ ਇੱਕ ਕਿਸਮ ਨਾ ਹੋ ਤਾਂ ਛੜਾ ਨੇ ਬਰਾਬਰ ਹੀ ਕਾਸਾ ਨਾਮ ਹੈ ਕਰੀ ਕਿਨੋ ਚਲੋ ਥੋੜਾ ਘਟ ਕਰੀ ਕਿਨਿਆ ਛੜਾ ਤੁਲੇਕਨ ਬਹੁ ਹਾਈਟ ਹੈ ਔਰ ਹਾਈਟ ਆਲੀਆਂ ਜਗ੍ਹਾ ਮੇ ਕੀ ਵੈਸੇ ਬਹੁ ਪਸੰਦਨ ਔਰ ਪਲੱਸ ਪੁਆਇੰਟ ਇਹ ਹੈ ਕਿ ਇਹ ਪ੍ਰੋਜੈਕਟ ਜਿਹੜਾ ਨੇ ਇੱਥੇ ਚਲੋ ਘਾਰੇ ਬੰਤਾ ਰਹੇ ਸੀ ਜੰਗਲਾਂ ਜਿਹਾ ਜਿਤਨੀਆਂ ਮਰਜ਼ੀ ਹੈ ਮਾਸ਼ਾਅੱਲਾ ਵੀਡੀਓ ਬਣਾ ਔਰ ਸੈਕੰਡ ਪ੍ਰੋਜੈਕਟ ਜਿਹੜਾ ਵਾ ਨਾ ਜਨਾਬ ਓ ਟਰੀ ਹਾਊਸ ਹੈ ਟਰੀ ਹਾਊਸ ਜਿਸ ਤਰ੍ਹਾਂ ਮੈਂ ਕਾਰ ਬਣਾਇਆ ਸੀ ਨਾ ਉਹ ਮਾਰੇ ਦਿਲੇ ਨਹੀਂ ਸੀ ਚੰਗਾ ਲੱਗਾ ਨਹੀਂ ਪਸੰਦ ਆਇਆ ਉਹ ਟਰੀ ਹਾਊਸ ਖਤਮ ਕਰ ਛੋੜਿਆ ਸੀ ਕਿਹਾ ਕਿ ਟਰੀ ਹਾਊਸ ਜੰਗਲਾਂ ਦੇ ਵਿੱਚ ਹਵੇ ਤਾਂ ਹੀ ਮੈਂ ਫੀਲ ਕੀਤਾ ਕਿ ਜ਼ਿਆਦਾ ਮਜ਼ਾ ਕਿ ਨੇਚਰ ਦੇ ਅੰਦਰ ਹੋਣਾ ਚਾਹੀਦਾ ਟਰੀ ਹਾਊਸ ਵੀ ਜਿਸ ਤਰ੍ਹਾਂ ਕਿ ਇਹ ਵੁੱਡ ਹਾਊਸ ਬਣਾਣਾ ਚਾਹਣਾ ਵਾਂ ਇਸ ਲੋਕੇਸ਼ਨ 'ਤੇ ਮੈਂ ਸਾਰੀ ਨਾਲ ਉਸੇ ਵਿਊ ਕਰਾਣਾ ਵਾਂ ਤੇ ਇਹ ਹੁਣ ਵਿਊਅਰਸ ਤੁਸਾਂ ਦੱਸਣਾ ਵਾਂ ਕਿ ਟਰੀ ਹਾਊਸ ਜਿਹੜਾ ਵੈ ਨਾ ਪਹਿਲੇ ਬਣਾ ਜਾਂ ਵੁੱਡ ਹਾਊਸ ਇੱਥੇ ਪਹਿਲੇ ਬਣਾ ਤੁਸਾਂ ਵੁੱਡਾ ਉਸੇ ਲੋਕੇਸ਼ਨ ਸੇ ਤੱਕ ਕੀ ਕਿਨੋ ਔਰ ਥੱਲੇ ਥੋੜਾ ਜਿਹਾ ਜੁਲਿਆ ਹੈ ਮੈਟਰੀ ਹਾਊਸ ਦਾ ਵੀ ਦਰਖਤ ਜਿਹੜਾ ਨਾ ਸਿਲੈਕਟ ਕੀਤਾ ਹੋਇਆ ਉਹ ਵੀ ਤੁਹਾਨੂੰ ਲੋਕੇਸ਼ਨ ਤੱਕਣੀ ਹੈ ਪਹਿਲੇ ਤੇ ਫਿਰ ਫੈਸਲਾ ਕਰਨਾ ਹੈ ਕਿ ਦਵਾ ਚੂ ਕਿਹੜੀ ਚੀਜ਼ ਪਹਿਲੇ ਬਣਾਈ ਜਾ ਅੱਛੋ ਤੇ ਜੁਲਨੇ ਆਉਂਟਰੀ ਹਾਊਸ ਵਾਲੀ ਜਗ੍ਹਾ ਦਾ ਸੇ ਇਹ ਵੁੱਡ ਹਾਊਸ ਦਾ ਮੈਂ ਜਗ੍ਹਾ ਇੰਤਖਾਬ ਕੀਤੀ ਹੈ ਜ਼ਹਿਰੀ ਗੱਲ ਹੈ ਇਸ ਦੀ ਸਫਾਈ ਕਰਨੀ ਪਈ ਸੀ ਸਾਡਾ ਟਾਈਮ ਲੱਗ ਸੀ ਇੱਥੇ ਤੱਕ ਰਾਹ ਹੀ ਕੋਣੀ ਹੈ ਨਾ ਸਾ ਕਿ ਰਾਹ ਵੀ ਬਣਾਣਾ ਪਈ ਸੀ ਬਹਰਾਲ ਉਹ ਤੋਂ ਨੈਕਸਟ ਵੀਡੀਓ ਨੇ ਵਿੱਚ ਇਨਸ਼ਾਅੱਲਾ ਚੱਲੀ ਪੈਸਣ ਤੇ ਸੋ ਤੱਕ ਸੋ ਵੀ ਅੱਜ ਤੇ ਡੇ ਫਸਟ ਹੈ ਸਾਡਾ ਅੱਲਾਹ ਪਾਕ ਨੇ ਫਜ਼ਲੋ ਕਰਮ ਨੇ ਨਾਲ چلو اچھو ہاں اور تو ساری جگہ تکو ہاں اس ویو نظر مارو ہاں خالی کہ تو جڑا ویو ہے اے دنیا نے کسا کونے وچ نہیں آن اور اگر وڈ ہاؤس ہویا اتر بنتے اس جگہ تے پھر کیا جا اسی جناب نظر مارو ہاں اور میں کی ایک اور چیز دساں کہ بلگو کیو ہاؤس نے سامنے پروجیکٹ اے ساری کیو ہاؤس ہی جڑی نکڑ تکڑے ہو پانی پچھلے دڑے میں اس پر تری گیا ہاں جڑی جی تھوڑی جی رہی ہے اس نے بالکل نا اگیا نی جڑ بٹے دس کیو ہاؤس ہے جڑا کہ پانی گیا لیکن اتو کتنے دور ہے دہ دور تو ہے لیکن بالکل اس نے سامنے اتہ بناسا اس سائڈ بھی ویو ہے تھوڑے درخت اگر چھانگا تو تا ویو لکڑی اسی نہ چھانگا تا بھی ٹھیک ہے لیکن اتھا خالی نظر مارو کہ اللہ نے کتنی قدرت نظر آئی ہے ਔਰ ਇਥੇ ਕਾਲ ਲੈ ਤਤਰਨੀ ਆਵਾਜ਼ ਚਿੜੀਆਂ ਪਰਿੰਦਿਆਂ ਦੀ ਆਵਾਜ਼ ਕੀ ਆ ਇਹ ਸੁਬਾ ਹੋ ਸੀ ਜਿਲਾ ਇਥੇ ਘਰ ਮੁਕੰਮਲ ਹੋ ਸੀ ਜਨਾਬ ਤੇ ਇਥੋਂ ਥੋੜਾ ਜਿਹਾ ਹੁਣ ਥੱਲੇ ਜੁਲਨੇ ਆ ਟ੍ਰੀ ਹਾਊਸ ਹਲ ਜਗਾ ਤੁਸੇ ਦੱਸਨੇ ਆ ਹੁਣ ਵਿਊਅਰ ਸਾਡੇ ਪਰ ਫੈਸਲਾ ਆ ਵਾ ਕਿ ਪਹਿਲੇ ਟ੍ਰੀ ਹਾਊਸ ਬਨਾਇਆ ਜਾਏ ਜਾਂ ਵੁੱਡ ਹਾਊਸ ਜਨਾਬ ਬਨਾਇਆ ਜਾਏ ਇਹ ਵੁੱਡ ਹਾਊਸ ਤੋਂ ਥੋੜ੍ਹਾ ਜਿਹਾ ਜਨਾਬ ਥੱਲੇ ਆ ਤੱਕ ਉਸ ਕੋਲ ਇੱਕ ਅੱਛਾ ਚਿਹਰੇ ਨਾਲ ਬੂਟਾ ਵਾ ਹੈ ਗਾ ਲੱਗੇ ਆ ਇਸ ਤੋਂ ਉੱਪਰ ਜਿਹੜਾ ਵਾ ਨਾ ਸਾੜਾ ਇਹ ਵੁੱਡ ਹਾਊਸ ਹੋਸੀ ਇਧਰ ਪਰ ਇੱਥੇ ਮੈਂ ਸੋਚੀ ਰਿਹਾ ਵਾਂ ਕਿ ਟਰੀ ਹਾਊਸ ਬਣਾ ਇਸ ਦਰਖਤਾਂ ਨੇ ਪਰ ਇਸ ਨੇ ਅੱਗੇ ਵੀ ਉਹੀ ਵਿਊ ਹੈ ਸੇਮ ਜਿਹੜਾ ਵਿਊ ਉਸ ਨੇ ਅੱਗੇ ਵਾ ਤੇ ਇਸ ਤੋਂ ਵੀ ਇੱਕ ਹੋਰ ਦਰਖਤਾਂ ਕਿ ਇੱਥੇ ਬੜੇ ਦਰਖਤ ਕੋਣੀ ਇੱਥੇ ਸਭ ਛੋਟੇ ਛੋਟੇ ਦਰਖਤਾਂ ਆ ਤਕੜੇ ਹੋਣਾ ਇਹ ਇੱਕ ਮੀਕੀ ਛਛਰਾ ਦੇ ਸਨਾਵਾਂ ਅੱਛਾ ਚਰੇ ਨੇ ਬੂਟਾ ਵੈ ਇਥੇ ਟਰੀ ਹਾਊਸ ਮੇ ਬਣਾਣਾ ਚਾਹਣਾ ਵਾ ਉਹਨੇ ਸਾਰੇ ਵਿਊਅਰਜ਼ ਦੀ ਚੋਇਸ ਨੇ ਅੱਪਰ ਹੈ ਅਗਰ ਇਹ ਕਿਥੇ ਹੀ ਥੱਲੇ ਬੂਟਾ ਵੈ ਮੈਂ ਥੋੜਾ ਜਿਹਾ ਥੱਲੇ ਟੈਲੀਕਟਸਾ ਕਿਦਾਂ ਸਨਾਵਾਂ ਤੇ ਅਗਰ ਉਸਨੇ ਅੱਪਰ ਟਰੀ ਹਾਊਸ ਬਣਾ ਇਹ ਵੀ ਬੂਟਾ ਉਸ ਤੱਕ ਕੀ ਕਹਿੰਦਾ ਤੇ ਇਹ ਸੈਕੰਡ ਜਿਹੜਾ ਬੂਟਾ ਵੈ ਨੇ ਇਹ ਵੀ ਤੁਸੀਂ ਦੱਸਨੇ ਆ ਔਰ ਅਗਰ ਜੜਾ ਵਾ ਟਰੀ ਹਾਊਸ ਕਾ ਸਾ ਨਾਮਾ ਬਣਾਣੇ ਆ ਤਾਂ ਇਹ ਵੀ ਹਾਈਟ ਨੇ ਉੱਪਰ ਹੋਣਾ ਚਾਹੀਦਾ ਜਾਂ ਕਿ ਥੋੜਾ ਜਿਹਾ ਥੱਲੇ ਡੈਮ ਲੇਕਨ ਆ ਰਹਾ ਹੋਣਾ ਚਾਹੀਦਾ ਡੈਮ ਥੂ ਸੇਫ ਹੈ ਤੂੰ ਸਾਂ ਦੱਸਣਾ ਮੈਂ ਥੱਲੇ ਟੱਲਣ ਲੱਗੇ ਹਾਂ ਇਸ ਲਈ ਇਹ ਥੂ ਟੱਲਣਾ ਹੀ ਬੜੇ ਰਾਮ ਨਾਲ ਪੈਣਾ ਕਿ ਆਹ ਰਾਹ ਰਸਤੇ ਲਈ ਇੱਥੇ ਕੋਈ ਗੱਲ ਵੀ ਨਹੀਂ ਬਸ ਇਹ ਬੂਟੀਆਂ ਛੂਟੀਆਂ ਇਹਨੇ ਕਰਾਸ ਕਰਕੇ ਤੇ ਇਥੂ ਥੱਲੇ ਹੋਣਾ ਪੈਣਾ ਮੈਂ ਬੰਦੇ ਸੀ ਔਰ ਜਨਾਬ ਉਸ ਦਰਖਤਾਂ ਤੋਂ ਬਾਅਦ ਇਹ ਤਾਂ ਮੈਂ ਹੁਣ ਡੈਮ ਨੇ ਕੋਲ ਆ ਲੇਕਿਨ ਇਹ ਵੀ ਡੈਮ ਤੋਂ ਥੋੜੀ ਜਗ੍ਹਾ ਬਾਹਰ ਹੈ ਤੇ ਇਹ ਇੱਕ ਦਰਖਤ ਹੈ ਵਿੱਚ ਅਗਰ ਸੋ ਤੱਕੋ ਨਾ ਉੱਚਾ ਇਹ ਵਿੱਚ ਚਰੇ ਨਾ ਵਾ ਇਥੋਂ ਇਹ ਵੀਊ ਉਸ ਸੀ ਡੈਮ ਨਾਲ ਠੀਕ ਹੈ ਤੇ ਇਹ ਉਸ ਦਰਖਤਾਂ ਤੋਂ ਇਹ ਵੀਊ ਉਸ ਸੀ ਠੀਕ ਹੈ ਡੈਮ ਉੱਥਾ ਥੱਲੇ ਹੀ ਅੱਛੀ ਲੱਗ ਸੀ ਨਾਲ ਹੀ ਤੇ ਹੁਣ ਪ੍ਰੋਜੈਕਟ ਨੇ ਹਵਾਲੇ ਨਾਲ ਜਨਾਬ ਵਾਲਾ ਉਸਾਂ ਹੁਣ ਫੈਸਲਾ ਕਰੀ ਮੈਂ ਕਿ ਇਨਸ਼ਾਅੱਲਾ ਦੱਸਣਾ ਔਰ ਸਾਨੂੰ ਕਮੈਂਟ ਪੜਨੇ ਤੋਂ ਬਾਅਦ ਇਨਸ਼ਾਅੱਲਾ ਜਿਹੜਾ ਨਾ ਨੈਕਸਟ ਵੀਡੀਓ ਦੇ ਵਿੱਚ ਉਹ ਪ੍ਰੋਜੈਕਟ ਅੱਲਾ ਨੇ ਫਜ਼ਲੋ ਕਰਮ ਨੇ ਨਾਲ ਸ਼ੁਰੂ ਹੋ ਜਾਸੀ ਦਾ 3 ਹਾਊਸ ਜਾਂ ਵੁੱਡ ਹਾਊਸ ਇਹ ਵਾਲੇ ਈ ਵਿਊਅਰ ਦੱਸਣ ਕਿ ਕਹਿ ਤੱਕਣਾ ਜਨਾਬ ਵਾਲਾ ਪਸੰਦ ਕਰਸਾਂ ਫਿਰ ਉਹ ਈ ਇਨਸ਼ਾਅੱਲਾ ਪ੍ਰੋਜੈਕਟ ਮੈਂ ਅੱਲਾਹ ਨੇ ਫਜ਼ਲੋ ਕਰਮ ਨੇ ਨਾਲ ਸਟਾਰਟ ਕਰਸਾਂ ਬਹੁਤ ਹਾਰਡ ਹੈ ਇਸ ਲਈ ਕੋਈ ਵੀ ਪ੍ਰੋਜੈਕਟ ਬਣਾਣਾ ਨਾ ਕਿਹਾਂ ਕਿ ਜਿਹੜੀ ਗਰਮੀਆਂ ਨੇ ਇਸ ਲਈ 40 ਕੀ ਟੱਚ ਵੀ ਕਰਨੀ ਹੈ ਔਰ ਅਗਲਿਆਂ ਦੇ ਅੰਚ 45 ਟੈਂਪਰੇਚਰ ਉਹ ਸੀਥ ਹੈ ਔਰ ਪਾਣੀਆਂ ਨਾਲ ਸੋ ਤੱਕ ਨੇ ਅਗਰ ਪਾਣੀ ਚਾਹੀਏ ਕਿ ਅਸੀਂ ਜਾਣਾ ਪਿਆ ਬੜੇ ਦੂਰ ਹੋ ਜਾ ਸੀ ਸਾਡੇ ਵਾਸਤੇ ہارڈ ضرور ہے لیکن ناممکن کچھ بھی نہیں اس دنیا نے بچ انشاءاللہ اگر اللہ نے طاقت اور مدد ساڑے نال ہے انشاءاللہ شاء تو ناممکن کچھ نہیں اور اللہ نے آسرے پر انشاءاللہ اور اللہ نے بھروسے پر شروع کر سا اور پروجیکٹ ختم بھی کر سا اور اے دو پروجیکٹ بنا پہڑا بنا ویور ان شاء اللہ دسن تو پروجیکٹ جڑا ہے اللہ نے فضل و کرم نے نال نا کل میں شروع کری دساں تصا سا نی کامرس نے ویٹ کر سا ਮिक्की ਹੁਣ اجازت ਦਿਓ ਅੱਲਾ ਸੋਹਣੇ ਨੇਵਾਲਾ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਜਨਾਬ